ਪੁਲਿਸ ਦੀ ਗ੍ਰਿਫਤ ਦੇ ਵਿੱਚ ਮੂਲ ਕੋਈ ਇਸ ਟੇਬਲ 'ਤੇ ਬੈਠੇ ਨੌਜਵਾਨ 'ਤੇ ਐਸਾ ਆਸ਼ਕੀ ਅਤੇ ਹਬਸ ਦਾ ਭੂਤ ਸਵਾਰ ਹੋਇਆ ਕਿ ਇਹ ਆਪਣੇ ਹੀ ਪਿੰਡ ਦੇ ਗੁਆਂਢ 'ਚ ਰਹਿੰਦੀ ਕੁੜੀ ਨੂੰ ਆਪਣੀ ਘਰਵਾਲੀ ਬਣਾਉਣ ਨੂੰ ਫਿਰਦਾ ਸੀ। ਪੁਲਿਸ ਦੇ ਮੁਤਾਬਕ ਇਹ ਮੁੰਡਾ ਉਸ ਕੁੜੀ ਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਅਤੇ ਵਿਆਹ ਦਾ ਝਾਂਸਾ ਦੇ ਕੇ ਕੁੜੀ ਨੂੰ ਘਰੋਂ ਬਾਹਰ ਲੈ ਜਾਂਦਾ ਅਤੇ ਫਿਰ ਉਸ ਦੇ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਹੈ, ਜਿਸ ਦਾ ਪਤਾ ਚੱਲਦੇ ਹੀ ਪਿੰਡ ਦੇ ਵਿੱਚ ਹਾਹਾਕਾਰ ਮੱਚ ਗਈ, ਜਿਸ ਤੋਂ ਬਾਅਦ ਕੁੜੀ ਦੀ ਮਾਂ ਦੀ ਸ਼ਿਕਾਇਤ ਉਪਰੰਤ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ। ਅੱਗੇ ਜੋ ਅਧਿਕਾਰੀ ਨੇ ਦੱਸਿਆ ਉਹ ਸੁਣ ਤੁਸੀਂ ਵੀ ਸੋਚਾਂ ਵਿੱਚ ਪੈ ਜਾਓਗੇ। ਮਾਮਲਾ ਜ਼ਿਲ੍ਹਾ ਜਲੰਧਰ ਦੇ ਅਧੀਨ ਪੈਂਦੇ ਹਲਕਾ ਨਕੋਦਰ ਦਾ ਹੈ। ਹਾਂਜੀ ਸਰ, ਕੀ ਮਾਮਲਾ ਜੀ ਇਹ? ਇੱਕ ਲੜਕੀ ਨਾਬਾਲਗ ਸੀਗੀ ਜਿਹਦੀ 15 ਸਾਲ 9 ਮਹੀਨੇ ਕੁਛ ਉਮਰ ਸੀਗੀ, ਉਹ ਜਿਹਨੂੰ ਕੋਈ ਵਰਗਲਾ ਕੇ ਧਮਕਾ ਕੇ ਘਰੋਂ ਲੈ ਗਿਆ ਸੀਗਾ। ਉਹਦੇ ਤਹਿਤ ਉਹਦੀ ਪੀੜਿਤ ਦੀ ਮਾਤਾ ਦੇ ਬਿਆਨਾਂ 'ਤੇ ਮੁਕੱਦਮਾ ਨੰਬਰ 25 ਦਰਜ ਕਰਕੇ ਉਹਦੀ ਜਿਹੜੀ ਆ ਤਫਤੀਸ਼ ਅਮਲ ਵਿੱਚ ਲਿਆਂਦੀ ਸੀ, ਜਿਹਦੇ ਵਿੱਚ ਲੜਕੀ ਦੇ ਮਾਤਾ ਦੇ ਬਿਆਨਾਂ 'ਤੇ ਜਿਹੜੀ ਆ 363 366 ਦਾ ਮੁੜ ਕੇ ਜੁਰਮ ਜਿਹੜਾ ਲਾਇਆ ਗਿਆ ਸੀ। ਉਸ ਤੋਂ ਬਾਅਦ ਜਿਹੜੀ ਆ ਲੜਕੀ ਬਰਾਮਦ ਹੋਣ ਤੋਂ ਬਾਅਦ ਜਿਹੜੇ ਉਹਦੇ ਕੋਰਟ ਦੇ ਵਿੱਚ ਜਿਹੜੇ ਆ ਬਿਆਨ ਕਰਾਏ ਗਏ, ਉਸ ਤੋਂ ਬਾਅਦ 376 ਅਤੇ 6 ਪਾਸਕੋ ਐਕਟ ਦਾ ਨਾਲ ਜਿਹੜਾ ਵਾਧਾ ਕੀਤਾ ਗਿਆ। ਸਰ, ਦੋਸ਼ੀ ਦਾ ਨਾਮ ਕੀ ਹੈਗਾ ਅਤੇ ਇਹ ਲੜਕੀ ਨੂੰ ਕਿਸ ਤਰ੍ਹਾਂ ਲੈ ਗਿਆ? ਇਹ ਦੋਸ਼ੀ ਦਾ ਨਾਮ ਇਹਨਾਂ ਦੇ ਗੁਆਂਢ ਦੇ ਵਿੱਚ ਹੀ ਰਹਿੰਦਾ ਆ, ਦੋਸ਼ੀ ਬੱਲੂ ਰਾਜਪੂਤ ਅਤੇ ਪਿਤਾ ਦਾ ਨਾਮ ਰਾਮ ਪ੍ਰਕਾਸ਼ ਆ, ਜੋ ਗੁਆਂਢ ਦੇ ਵਿੱਚ ਰਹਿਣ ਕਰਕੇ ਜਿਹੜਾ ਆ ਲੜਕੀ ਦੇ ਜਿਹੜੇ ਮਾਤਾ ਪਿਤਾ ਕੰਮ 'ਤੇ ਚਲ ਜਾਂਦੇ ਸੀ, ਉਸਨੂੰ ਜਿਹੜਾ ਧਮਕਾ ਕੇ ਆਪਣੇ ਨਾਲ ਲੈ ਗਿਆ ਵਰਗਲਾ ਕੇ, ਅਤੇ ਉਸ ਤੋਂ ਬਾਅਦ ਜਿਹੜਾ ਫਿਰ ਇਹਦੀ ਮਾਤਾ ਦੇ ਬਿਆਨਾਂ 'ਤੇ ਪਰਚਾ ਦਰਜ ਕੀਤਾ ਗਿਆ ਸੀ। ਅਤੇ ਸਰ, ਇਹ ਵਿਆਹ ਵਗੈਰਾ ਦਾ ਝਾਂਸਾ ਦਿੱਤਾ ਸੀ ਜਾਂ ਹੋਰ ਕੋਈ ਝਾਂਸਾ ਦਿੱਤਾ ਸੀ? ਵਿਆਹ ਦਾ ਵੀ ਝਾਂਸਾ ਦਿੱਤਾ ਸੀ, ਮੁੜ ਕੇ ਇਹਨੂੰ ਧਮਕਾਉਂਦਾ ਵੀ ਸੀ ਮੈਂ ਇੱਦਾਂ ਕਰੂੰਗਾ ਉੱਦਾਂ ਕਰੂੰਗਾ। ਲੜਕੀ ਜਿਹੜੀ ਨਾਬਾਲਗ ਹੋਣ ਕਰਕੇ ਜਿਹੜੀ ਉਹ ਡਰ ਗਈ ਅਤੇ ਉਹਨੇ ਹੁਣ ਗ੍ਰਿਫਤਾਰ ਕੀਤਾ ਹੈ ਜੀ, ਇਹਦਾ ਰਿਮਾਂਡ ਲੈ ਕੇ ਅਤੇ ਅਗਲੀ ਜਿਹੜੀ ਪੁੱਛਗਿੱਛ ਕਰਾਂਗੇ। ਕੁਛ ਪਤਾ ਚੱਲਿਆ ਕਿ ਇਹ ਲੜਕੀ ਨੂੰ ਕਿੱਥੇ ਲਈ ਆਇਆ ਸੀ? ਇਹ ਤਾਂ ਕਹਿਣ ਦੇ ਮੁਤਾਬਕ ਹਾਲੇ ਹਿਮਾਚਲ ਪ੍ਰਦੇਸ਼ ਦੱਸ ਰਿਹਾ ਜੀ, ਕੋਈ ਆਈਡੈਂਟੀਫਾਈ ਜਗ੍ਹਾ ਨਹੀਂ ਦੱਸ ਰਿਹਾ, ਇਹਦੀ ਜਿਹੜੀ ਪੁੱਛਗਿੱਛ ਉਹਨਾਂ ਦੇ ਨਾਲ ਸਖਤੀ ਨਾਲ ਕਰਾਂਗੇ ਅਤੇ ਉਸਦੇ ਹਿਸਾਬ ਨਾਲ ਜਿਹੜੀ ਅਗਲੀ ਤਫਤੀਸ਼ ਅਮਲ ਵਿੱਚ ਲਿਆਂਗੇ। ਕੋਈ ਰਿਸ਼ਤੇਦਾਰਾਂ ਦੇ ਲੱਗਿਆ ਸੀ ਹਿਮਾਚਲ ਦੇ ਵਿੱਚ ਜਾਂ ਕਿਸੇ ਹੋਟਲ ਵਗੈਰਾ 'ਚ ਲੱਗਿਆ, ਇਹ ਕੁਛ ਪਤਾ ਲੱਗਾ? ਇਹ ਨਹੀਂ ਹਾਲੇ ਪਤਾ ਲੱਗ ਰਿਹਾ, ਇਹਦਾ ਰਿਮਾਂਡ ਜਿਹੜਾ ਲੈ ਕੇ ਤਾਂ ਫਿਰ ਇਹਦੀ ਤਫਤੀਸ਼ ਕਰਾਂਗੇ ਪੁੱਛਗਿੱਛ, ਫਿਰ ਜਿੱਥੇ ਕਿ ਇਹਨੂੰ ਕਰ ਦੱਸੂਗਾ ਫਿਰ ਉਹਦੀ ਜਿਹੜੀ ਆ, ਜੇ ਕਿਸੇ ਰਿਸ਼ਤੇਦਾਰ ਕੋਈ ਨੋਮੀਨੇਟ ਵਿੱਚ ਹੋਏ ਜਿਨ੍ਹਾਂ ਨੇ ਪਨਾਹ ਦਿੱਤੀ ਹੋਈ ਉਹ ਵੀ ਨੋਮੀਨੇਟ ਕਰਾਂਗੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦਾ ਨਾਮ ਬੱਲੂ ਰਾਜਪੂਤ ਹੈ, ਜਿਸ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ।